ਅੰਮ੍ਰਿਤਸਰ ਦੇ ਪਿੰਡ ਨੰਗਲੀ ਦੇ ਵਿੱਚ ਪਿਓ ਪੁੱਤ ਵਿਚਾਲੇ ਚੱਲੀਆਂ ਗੋਲੀਆਂ ਦੇ ਵਿੱਚ ਪਿਓ ਦੀ ਮੌਤ ਹੋ ਗਈ, ਜਦੋਂ ਕਿ 15 ਸਾਲ ਦਾ ਬੇਟਾ ਵੈਂਟੀਲੇਟਰ 'ਤੇ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ 12ਵੀਂ ਦੇ ਆਏ ਨਤੀਜਿਆਂ ਦੇ ਵਿੱਚ ਘੱਟ ਨੰਬਰ ਆਉਣ ਦੇ ਚੱਲਦੇ ਉਸ ਦਾ ਪਿਤਾ ਨਾਰਾਜ਼ ਸੀ, ਜਿਸ ਨੂੰ ਲੈ ਕੇ ਦੋਹਾਂ 'ਚ ਕਹੀ ਸੁਣੀ ਹੋਈ ਅਤੇ ਇਸ ਤਰ੍ਹਾਂ ਦੋਵਾਂ ਨੇ ਇੱਕ ਦੂਜੇ 'ਤੇ ਗੋਲੀਆਂ ਚਲਾ ਦਿੱਤੀਆਂ। ਸਰ ਕੀ ਮਾਮਲਾ ਹੋਇਆ ਜੀ ਆਪਣਾ? ਮਾਮਲਾ ਜੀ, ਨੰਗਲੀ ਪਿੰਡ ਦੇ ਪਿਓ ਪੁੱਤਰ ਸੀਗੇ ਰੁਪਿੰਦਰ ਸਿੰਘ ਅਤੇ ਅਮਰਦੀਪ ਸਿੰਘ। ਉੱਥੇ ਕੋਈ ਅਚਾਨਕ ਗੰਨ ਗੁੰਨ ਸਾਫ਼ ਕਰ ਰਿਹਾ ਸੀ, ਗੰਨ ਠੀਕ ਕਰਵਾ ਕੇ ਲਿਆਈ ਦੇਖ ਰਹੇ ਸੀ, ਉਹਦੇ 'ਚੋਂ ਕੋਈ ਫਾਇਰ ਨਿਕਲ ਗਿਆ ਤਾਂ ਆਪਸ ਵਿੱਚ ਪਿਓ ਪੁੱਤਾਂ ਨੇ ਲੱਗ ਗਿਆ। ਸਰ ਕਿੰਨੇ ਫਾਇਰ ਚੱਲੇ? ਫਾਇਰ ਦੋ ਹੀ ਚੱਲੇ ਆ, ਤਾਂ ਪਿਓ ਪੁੱਤਾਂ ਦੇ ਆਪਸ ਵਿੱਚ ਲੱਗ ਗਿਆ। ਪਹਿਲੋਂ ਪਿਤਾ ਦੇ ਲੱਗ ਗਿਆ ਗੰਦ ਰੱਖਣ ਲੱਗਾ, ਅਤੇ ਆਪਣੇ ਕਾਕੇ ਦੇ ਲੱਗ ਗਿਆ। ਉਹਦੇ ਵਿੱਚ ਜੋ ਉਹਦੇ ਭਰਾ ਨੇ ਸਾਨੂੰ ਸਟੇਟਮੈਂਟ ਦਿੱਤੀ ਉਹਦੇ ਮੁਤਾਬਕ ਅਸਲਾ ਜਮ੍ਹਾਂ ਸੀ, ਇਹਨਾਂ ਦੋ ਅਸਲੇ ਸੀ, ਜਮ੍ਹਾਂ ਕਰਵਾਇਆ ਸੀ, ਇੱਕ ਅੱਜ ਹੀ ਠੀਕ ਕਰਵਾ ਕੇ ਲਿਆ, ਕਹਿੰਦੇ ਠੀਕ ਕਰਵਾ ਦਿੰਦੇ ਹਾਂ, ਗਏ ਸੀ ਜਮ੍ਹਾਂ ਕਰਵਾਉਣ। ਕੀ ਨਾਮ ਹੈ ਉਹਨਾਂ ਦਾ ਅਤੇ ਕਿੰਨੀ ਉਮਰ ਹੈ ਜੀ ਆਪਣਾ ਬੱਚੇ ਦੀ? ਬੱਚੇ ਦੀ 18 ਤੋਂ 19 ਸਾਲ ਹੈ ਜੀ। ਅੱਛਾ, ਅਤੇ ਉਹਨਾਂ ਦੇ ਪਾਪਾ ਦੀ? ਉਹਨਾਂ ਨੂੰ 40-45 ਸਾਲ ਆਊਗੀ। ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ? ਕਾਰਵਾਈ ਤਫਤੀਸ਼ ਕਰ ਰਹੇ ਹਾਂ, ਦੌਰਾਨੇ ਤਫਤੀਸ਼ ਜੋ ਉਹਦੇ ਘਰ ਦੇ ਬਿਆਨ ਦੱਸਣਗੇ ਉਹ ਕਰਾਂਗੇ। ਅਸਲਾ ਦੇਖ ਲਏ, ਜਾ ਕੇ ਤਲਾਸ਼ੀ ਲੈਣੀ ਉਹਨਾਂ ਦੇ ਘਰ ਦੀ ਹੈ ਕਿ ਨਹੀਂ। ਨਹੀਂ, ਆਪਸ ਵਿੱਚ ਇਹਨਾਂ ਡਿਸਪਿਊਟ ਕੋਈ ਨਹੀਂ ਗਾ, ਜੋ ਉਹਦੇ ਭਰਾ ਨੇ ਦੱਸਿਆ ਵੀ ਉਹ ਵੀ ਉੱਥੇ ਲੱਗ ਗਏ ਸੀਗਾ, ਗੰਨ ਠੀਕ ਕਰਵਾ ਕੇ ਲਿਆਏ ਸੀ, ਉਹਨੇ ਫੜ ਲਈ, ਪਾਪਾ ਦਿਖਾ ਮੈਂ ਠੀਕ ਕਰਨਾ, ਦਿਖਾ ਮੈਨੂੰ। ਉਹਦੇ ਵਿੱਚ ਕਿਤੇ ਰੌਂਦ ਸੀਗੇ ਜੇ ਦੁਕਾਨ 'ਤੇ ਲਾਈ, ਉਹ ਅਚਾਨਕ ਕਿਤੇ ਨਿਕਲਿਆ ਫੇਰ, ਤਾਂ ਉਹਦੇ ਬਾਪ ਦੇ ਲੱਗ ਗਿਆ, ਜਦੋਂ ਰੱਖਣ ਲੱਗਾ ਤਾਂ ਦੂਜਾ ਫੇਰ ਉਹਦੇ ਲੱਗ ਗਿਆ ਅਚਾਨਕ। ਉਹ ਕਿੱਦਾਂ ਲੱਗ ਗਿਆ? ਉਹਨੇ ਰੱਖਿਆ ਅਤੇ ਉਹ ਲੱਗ ਗਿਆ, ਦੂਜੇ ਦੇ ਪਾਸੇ ਕਿਵੇਂ ਲੱਗ ਗਿਆ ਫਿਰ? ਇਹ ਮੈਂ ਮੌਕੇ 'ਤੇ ਹੈ ਨਹੀਂ, ਮੈਨੂੰ ਪਤਾ ਨਹੀਂ, ਮੈਨੂੰ ਤਾਂ ਜੋ ਸਟੇਟਮੈਂਟ ਦਿੱਤੀ ਉਹਦੇ ਭਰਾ ਨੇ ਉਹਦੇ ਮੁਤਾਬਕ ਮੈਨੂੰ ਦੱਸਦਾ ਜਿਹੜਾ ਲੱਗੇ ਸੀਗਾ। ਅਜੇ ਤਾਂ ਹਸਪਤਾਲ ਆ ਰਹੇ ਹਾਂ, ਹਸਪਤਾਲ ਉਹਨਾਂ ਦੇ ਦੇਖ ਕੇ ਡਾਕਟਰ ਸਾਹਿਬ ਦੀ ਰਾਏ ਲੈ ਕੇ ਹੁਣ ਉਹਨਾਂ ਦੇ ਘਰ ਚੱਲਾਂਗੇ, ਉਹ ਜਾ ਕੇ ਦੇਖਾਂਗੇ ਆਪਾਂ। ਡੈਥ ਬਾਰੇ ਦੱਸਿਆ ਨਹੀਂ ਕੋਈ ਜੀ, ਇਲਾਜ ਚੱਲ ਰਿਹਾ। ਹਾਂਜੀ, ਨਹੀਂ ਪਿਓ ਪੁੱਤਾਂ ਦੀ ਰੰਜਿਸ਼, ਛੋਟਾ ਬੱਚਾ, ਬੱਚੇ ਦੀ ਕਾਹਦੀ ਰੰਜਿਸ਼ ਹੋਣੀ ਸੀ? ਉਕਸਾਉਣ ਵਾਲੀ ਗੱਲ ਹੀ ਕੋਈ ਨਹੀਂ, ਤੇ ਬੱਚਾ ਬੱਚੇ ਨੂੰ ਕਾਹਦਾ ਉਕਸਾਉਣਾ ਸੀਗਾ। ਸਰ ਕਹਿੰਦੇ ਪਏ ਨੇ ਬੱਚੇ ਦਾ ਅੱਜ ਰਿਜ਼ਲਟ ਸੀ, ਹਾਂ ਰਿਜ਼ਲਟ ਲੈ ਕੇ ਆਇਆ ਸੀਗਾ, ਦੱਸਿਆ ਪਤਾ